2 ਸਾਲਾਂ ਦੇ ਵਿੱਚ ਉਹਨੇ ਸਾਰੇ ਸਿੰਗਰ ਹਿਲਾ ਕੇ ਰੱਖਤੇ ਜਿਹੜੇ 10-10 ਸਾਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਸੀਗੇ। ਤੁਹਾਡੇ ਨਾਲ ਮੇਰਾ ਕੋਈ ਵਿਚਾਰ ਨਹੀਂ, ਜੰਗਾਂ ਵਿੱਚ ਇਹਦੇ ਆਉਂਦੀ ਮਿੱਠੀਏ ਤੇ ਲਾਈ ਜੜਾ ਚ ਆਉਂਦਾ ਤੇਰਾ ਯਾਰ ਨਹੀਂ, ਜੰਗਾਂ ਵਿੱਚ ਇਹਦੇ ਆਉਂਦੀ ਮਿੱਠੀਏ। ਸਿੱਧੂ ਮੂਸੇਵਾਲਾ ਉਹ ਪੰਜਾਬੀ ਸਿੰਗਰ ਹਨ ਜਿਨ੍ਹਾਂ ਨੇ ਇੰਡਸਟਰੀ ਦੇ ਵਿੱਚ ਜਿੱਥੇ ਬਹੁਤ ਸਾਰੇ ਰਿਕਾਰਡ ਤੋੜੇ ਹਨ ਉੱਥੇ ਵੱਡੇ ਰਿਕਾਰਡ ਬਣਾਏ ਵੀ ਹਨ। ਇਸੇ ਤਰ੍ਹਾਂ ਹੀ ਇੱਕ ਵੀਡੀਓ ਸਿੱਧੂ ਮੂਸੇਵਾਲੇ ਦੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਬਾਰੇ ਦੱਸਿਆ ਜਾ ਰਿਹਾ ਕਿ ਇਹ ਕੈਨੇਡਾ ਦੇ ਵਿੱਚ ਇੱਕ ਵੱਡੇ ਮਾਲ ਦੀ ਓਪਨਿੰਗ ਦੀ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਐਜ਼ ਏ ਚੀਫ ਗੈਸਟ ਇਨਵਾਈਟ ਕੀਤਾ ਗਿਆ। ਅਤੇ ਪੰਜਾਬੀ 'ਮਿਊਜ਼ਿਕ ਇੰਡਸਟਰੀ ਦੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜਿੱਥੇ 2 ਸਾਲ ਦੇ ਵਿੱਚ ਇੱਕ ਕਲਾਕਾਰ ਨੂੰ ਆਪਣੇ ਨਾਂ ਦੀ ਪਹਿਚਾਣ ਬਣਾਉਣੀ ਹੀ ਮੁਸ਼ਕਲ ਹੋ ਜਾਂਦੀ ਹੈ, ਉੱਥੇ ਸਿੱਧੂ ਮੂਸੇਵਾਲਾ ਉਸ ਮੁਕਾਮ ਤੱਕ ਪਹੁੰਚ ਚੁੱਕਿਆ ਹੈ ਜਿੱਥੇ ਉਸ ਨੂੰ ਇਸ ਤਰ੍ਹਾਂ ਦੇ ਓਨਰ, ਇਸ ਤਰ੍ਹਾਂ ਦੇ ਮਾਨ ਸਨਮਾਨ ਮਿਲ ਰਹੇ ਹਨ ਅਤੇ ਨਾਲ ਹੀ ਸਰੋਤੇ ਉਹਨਾਂ ਨੂੰ ਦਿਲੋਂ ਪਿਆਰ ਵੀ ਕਰਦੇ ਹਨ। ਸੋ ਆਓ ਇੱਕ ਝਲਕ ਮਾਰਦੇ ਹਾਂ ਇਸ ਵੀਡੀਓ 'ਤੇ। ਬਾਕੀ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਗਾਣੇ ਕਿਵੇਂ ਲੱਗਦੇ ਹਨ ਅਤੇ ਤੁਸੀਂ ਸਿੱਧੂ ਮੂਸੇਵਾਲੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਿਓ। ਸਿੱਧੂ ਮੂਸੇਵਾਲੇ ਦੇ ਸਾਰੇ ਫੈਨਸ ਵੀਡੀਓ ਨੂੰ ਲਾਈਕ ਕਰਨ ਤੋਂ ਇਲਾਵਾ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ, ਫਿਲਮ ਇੰਡਸਟਰੀ ਤੋਂ ਇਲਾਵਾ ਹਰ ਸੋਸ਼ਲ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ ਅਨਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੀ ਨੋਟੀਫਿਕੇਸ਼ਨ ਬੈੱਲ 'ਤੇ ਕਲਿੱਕ ਕਰਨਾ ਨਾ ਭੁੱਲਣਾ। ਕੀ ਦੱਸਾਂ ਬੜੀ ਠੇਡੀ ਲੈਣ ਪਤਲੋ ਸੋਚ ਤੇ ਸਮਝ ਮੁੰਡਾ ਪੱਬ ਚੱਕਦਾ ਤਾਂ ਵੀ ਸਾਰੇ ਰਹਿੰਦੇ ਅਗਨੋਰ ਮਾਰਦੇ ਨਾਲੇ ਪਤਾ ਆ ਪਰਾਉਣਾ ਕਿੰਨਾ ਦਮ ਰੱਖਦਾ। ਕੀ ਦੱਸਾਂ ਬੜੀ ਠੇਡੀ ਲੈਣ ਪਤਲੋ ਸੋਚ ਤੇ ਸਮਝ ਮੁੰਡਾ ਪੱਬ ਚੱਕਦਾ ਤਾਂ ਵੀ ਸਾਰੇ ਰਹਿੰਦੇ ਅਗਨੋਰ ਮਾਰਦੇ ਨਾਲੇ ਪਤਾ ਆ ਪਰਾਉਣਾ ਕਿੰਨਾ ਦਮ ਰੱਖਦਾ।